डॉटर, की कर रहे हो? मेरी आँखों क्यों बंद हो? मेरी बच्ची किसे है? देखो, मैं थोनू अरेस्ट करवा सकती हूँ। थोनू पता नहीं है मैं कौन हूँ। देखो, उन तो मैं थोनू पैसे भी दे देते हैं। प्लीज मैंने मेरी बच्ची दे दो, प्लीज। तू कितने लेके जा रहे हो? वैसे तो इन्हों बड़ा ख्याल रहता है कि गुरु घर च ऐ नहीं करीदा, ओ नहीं करीदा, हुन लेट नहीं हो रहा। मैं तो हमेशा ही कहनी हूँ कि वह बस कम करन दा दिखावा करती है, ते जिहड़े कम करन वाले हुंदे आ ना, वह तो उन्हें याद ही नहीं रहिंदी। शी जस्ट वॉन्ट टू प्रीटेंड कि वह कितनी चंगी है। चंगा कम करन लगे सी, अज तो अपनी जिम्मेदारी निभा लैंदी हो। की कह रही है गुरलीन? सही तो कह रही है मम्मी जी, बचपन तो लैके अज तक गुरलीन ही तो उहदियां गलतियां नूं ठीक करदी आ रही है। ये तो अपने भरा दे प्यार दा ढोंग करदी है। जे सच्ची दिलों करदी हुंदी ना तां घट्टो घट्ट पार दी चीज़ां दा ध्यान रखदी। तुहानूं तां बस हर वक्त इहनूं कोसण दा मौका चाहीदा। घट्टो घट्ट गुरु घर खड़े होके तां किसे दी बुराई ना करो। मन्निया कि तुसीं अपने आप नूं बदल नहीं सकदे, घट्टो घट्ट मर्यादा समझ के चुप ही कर जाओ। ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿ ਹਰ ਸਾਲ ਨਿਹਾਲ ਦਾ ਬਰਥਡੇ ਮਨਾਉਣੇ ਕਿਉਂ ਆ? ਮੁੱਖ ਦੀ ਕਲੇਸ਼ ਨੂੰ ਥਾਂ ਹੋ ਜਾਂਦੀ। ਸ਼ਾਇਦ ਤੂੰ ਭੁੱਲ ਗਿਆ ਹੈ ਪੁੱਤ ਕਿ ਨਿਹਾਲ ਉਹਦਾ ਭਰਾ ਨਹੀਂ, ਤੇਰਾ ਪੁੱਤ ਵੀ ਹੈ। ਔਰ ਉਹ ਗਵਾਚ ਗਿਆ ਸੀ, ਗਵਾਚੇ ਹੋਏ ਲੱਭੇ ਵੀ ਜਾ ਸਕਦੇ ਹੈ, ਬਸ ਲੱਭਣ ਵਾਲੇ ਦੀ ਨੀਤ 'ਚ ਖੋਟ ਨਹੀਂ ਹੋਣਾ ਚਾਹੀਦਾ। ਤੁਹਾਨੂੰ ਹੋਵੇ ਨਾ ਹੋਵੇ, ਮੈਨੂੰ ਉਹਦੇ ਸਬਰ ਅਤੇ ਭਰੋਸੇ 'ਤੇ ਪੂਰਾ ਯਕੀਨ ਹੈ। ਉਹ ਹੱਥ 'ਤੇ ਹੱਥ ਧਰ ਕੇ ਨਹੀਂ ਬੈਠੇਗੀ, एक दिन अपने भरा नूं लभ के ही ल्याएगी। ਕਿਹਾ ਸੀ ਨਾ ਇਹਦੇ ਆਉਣ ਤੋਂ ਪਹਿਲਾਂ ਨਿਪਟਾ ਲਓ, ਛਣੀ ਬਣ ਕੇ ਬੈਠੀ ਹੈ ਸਾਡੀ ਜੜ੍ਹਾਂ 'ਚ। ਪੈਸੇ ਵੀ ਦੇ ਦਿੱਤੇ ਹੈ।
कि जा रहे हो तुसी? देखो मेरे बच्चे ना तो सुन सकती है ना बोल सकती है, रब दा वास्ता मैं मेरे बच्चे वापस कर दो प्लीज। जे अगली बारी किसी ने अपने परिवार तो दूर करने की कोशिश की ना तो गोली मार दूंगी। सेवा करना चंगी तरह आता मैं, बाहर भी ते घर भी। कबीर ये सारे थले भजे ने, अरेस्ट है मॉल। ਉਹਦਾ ਮੋਬਾਈਲ ਵੀ ਬੰਦ ਆ ਰਿਹਾ, ਪਤਾ ਨਹੀਂ ਕਿੱਥੇ ਚਲ ਗਈ। ਕੀ ਸਵਿਚ ਆਫ ਆਉਂਦਾ ਪਿਆ? ਹਾਏ ਓ ਰੱਬਾ, ਹੁਣ ਕਿੱਦਾਂ ਪਤਾ ਲੱਗੂ ਕਿੱਥੇ ਆ ਉਹ? ਮੈਨੂੰ ਤਾਂ ਲੱਗਦਾ ਉਹ ਰੱਬ ਦੇ ਨਾਮ ਦਾ ਢੋਂਗ ਕਰਦੀ ਹੈ। ਰੁਮਾਲਾ ਸਾਹਿਬ ਲੈਣ ਵੀ ਗਈ ਹੈ ਕਿ ਐਵੇਂ ਕਰਦੀ ਪਈ ਆ? ਜੇ ਉਹਨੂੰ ਥੋੜ੍ਹਾ ਵੀ ਖਿਆਲ ਹੁੰਦਾ ਨਾ ਕਿ ਅੰਮ੍ਰਿਤ ਵੇਲਾ ਨਿਕਲਦਾ ਜਾ ਰਿਹਾ ਤਾਂ ਟਾਈਮ ਨੱਤੀ ਹੁੰਦੀ ਉਹ। ਉਹਦੇ ਵਾਪਸ ਨਾ ਆਉਣ 'ਤੇ ਪਰੇਸ਼ਾਨ 'ਤੇ ਕੀ ਹੋਣਾ ਸੀ, ਸਗੋਂ ਉਹਨੂੰ ਉਲਟਾ ਸੁਲਟਾ ਹੀ ਬੋਲੀ ਜਾਂਦੇ ਆ। ਕਦੇ ਸੋਚਿਆ ਕਿ ਕਿਤੇ ਉਹ ਕਿਸੇ ਮੁਸੀਬਤ 'ਚ ਨਾ ਹੋਵੇ? ਉਹਦਾ ਤਾਂ ਪਤਾ ਨਹੀਂ ਮੰਮੀ ਜੀ, ਪਰ ਸਾਨੂੰ ਇੱਕ ਦਿਨ ਜ਼ਰੂਰ ਮੁਸੀਬਤ 'ਚ ਪਾ ਕੇ ਰਹੂਗੀ। ਉਹ ਚਾਲ ਚੱਲਣ ਦੇਖੇ ਤੁਸੀਂ ਉਹਦੇ? ਜਾਂ ਤਾਂ ਸਾਰਾ ਦਿਨ ਘਰੋਂ ਬਾਹਰ ਰਹਿੰਦੀ ਆ ਸਕੂਲ ਦਾ ਬਹਾਨਾ ਕਰਕੇ, ਜਾਂ ਫਿਰ ਉਸ ਕਬੀਰ ਨਾਲ ਘੁੰਮਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਕਿ ਬਦਨਾਮੀ ਹੋਵੇ ਨਾ, ਸਹਿਜ ਨੂੰ ਵਿਆਹ ਕੇ ਘਰੋਂ ਤੋੜ ਦਿਓ। ਮੈਂ ਮੇਹਰ ਦਾ ਵਿਆਹ ਕਰਨਾ ਹੈ, ਫਿਰ ਲੋਕਾਂ ਨੇ ਕਹਿਣਾ ਸੁਤੇਲੀ ਮਾਂ ਨੇ ਚੰਗਾ ਨਹੀਂ ਕੀਤਾ। ਗੁਰਲੀ, ਇਸ ਟਾਈਮ 'ਤੇ ਗੱਲਾਂ ਕਰਨੀਆਂ ਜ਼ਰੂਰੀ। ਅਤੇ ਹੁਣ ਕੀ ਕਰੀਏ ਤੁਸੀਂ ਦੱਸੋ? ਇੱਥੇ ਖੜ੍ਹੇ ਹੋ ਕੇ ਇੰਤਜ਼ਾਰ ਕਰਦੇ ਰਹੀਏ? ਡਿੱਕੀ ਜਾਓ ਜਦ ਤੱਕ ਨਹੀਂ ਆਉਂਦੀ। ਉਹਨੂੰ ਪੂਰਾ ਵੀ ਫਿਕਰ ਹੈ ਕਿ ਅੰਮ੍ਰਿਤ ਵੇਲਾ ਨਿਕਲਦਾ ਜਾ ਰਿਹਾ। ਮੈਨੂੰ ਤਾਂ ਹਰ ਵੇਲੇ ਡਰ ਲੱਗਿਆ ਰਹਿੰਦਾ ਕਿ ਸਾਰੇ ਖਾਨਦਾਨ ਦਾ ਮੂੰਹ ਨਾ ਕਾਲਾ ਕਰਵਾ ਕੇ ਆ ਜਾਏ। ਮੈਨੂੰ ਆਪਣੀ ਪਰਵਰਿਸ਼ 'ਤੇ ਨਾ ਪੂਰਾ ਭਰੋਸਾ ਹੈ, ਔਰ ਉਹਦੀ ਪਰਵਰਿਸ਼ ਮੈਂ ਕੀਤੀ ਹੈ। ਉਹ ਖਾਨਦਾਨ ਦਾ ਮਾਨ ਘਟਾਏਗੀ ਨਹੀਂ, ਵਧਾਏਗੀ। ਉਹ ਮਾਨ ਤਾਂ ਦਿਖ ਰਿਹਾ, ਕਿੰਨਾ ਕੁ ਵਧਾ ਰਹੀ ਹੈ ਮੰਮੀ ਜੀ। ਖੜ੍ਹੇ ਰਹੋ ਇੱਥੇ ਅਤੇ ਇੰਤਜ਼ਾਰ ਕਰਦੇ ਰਹੋ, ਕਦੋਂ ਆਉਂਦੀ ਮਹਾਰਾਣੀ? ਹੁਣ ਜੋ ਹੋਣਾ ਸੀ ਹੋ ਗਿਆ, ਜਾ ਕੇ ਪਾਠੀ ਜੀ ਦੀ ਮਿਹਨਤ ਕਰਦੇ ਹਾਂ, ਦੇਖਦੇ ਹਾਂ ਕੀ ਕਹਿੰਦੇ। ਆ ਜਾਓ। ਮਿੰਟੀ ਤੂੰ ਠੀਕ ਹੈ ਨਾ? ਤੂੰ ਕਿੱਥੇ ਹੈ? ਮੰਮਾ ਕੋਲ ਆ ਨਾ ਪਲੀਜ਼ ਮਿੰਟੀ। ਰੱਬ ਨੇ ਬਚਾਇਆ। ਇਹ ਸਭ ਕਿਹਨੇ ਕੀਤਾ? ਪੱਕਾ ਕੋਈ ਰੱਬ ਦੇ ਭੇਜਿਆ ਹੋਇਆ ਬੰਦਾ ਹੋਊਗਾ ਜਿਹਨੇ ਸਾਡੀ ਮਦਦ ਕੀਤੀ ਹੈ। ਹੇ ਵਾਹਿਗੁਰੂ, ਜਿਹਨੇ ਵੀ ਮੇਰੇ ਬੱਚੇ ਦੀ ਜਾਨ ਬਚਾਈ ਹੈ, ਉਹਨੂੰ ਹਮੇਸ਼ਾ ਸਾਰੇ ਦੁੱਖਾਂ ਤੋਂ ਪਰੇ ਰੱਖੀ। ਅਜੇ ਮੇਰੇ ਬੱਚੇ ਨੂੰ ਕੁਛ ਹੋ ਜਾਂਦਾ, ਮੈਂ ਤਾਂ ਜਿੰਦੇ ਜੀ ਮਰ ਜਾਣਾ ਸੀ।